चलो सरदार भुपिंदर सिंह जी बिरक एसएसपी बठिंडा जी सत श्री अकाल जी आ तुहाडा सीआई स्टाफ दा गुंडा गुरविंदर सिंह सीआई वन च लग्या होया ਇਹ ਜਨਾਬ ਪਿਛਲੇ 3 ਮਹੀਨਿਆਂ ਤੋਂ ਇਹ ਵਿਧਵਾ ਔਰਤ ਹੈ ਇਹਨੂੰ ਫਾਲੋ ਕਰ ਰਿਹਾ ਸੀ ਇਹਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਇਹ ਵਿਚਾਰੀ ਨੇ ਸਾਨੂੰ ਦੱਸਿਆ ਸਾਡੀ ਇਹ ਰਿਸ਼ਤੇਦਾਰ ਵੀ ਹੈ ਅਸੀਂ ਇਸ ਇਲਾਕੇ ਦੇ ਮੋਹਤਵਰ ਹੁੰਦੇ ਵੀ ਹਾਂ ਇਹਨੇ ਸਾਨੂੰ ਦੱਸਿਆ ਮੈਂ ਇਹਨੂੰ ਕਿਹਾ ਮਹੀਨਾ 20 ਦਿਨ ਪਹਿਲਾਂ ਤੇ ਮੈਨੂੰ ਕਹਿੰਦਾ ਤੂੰ ਟੰਗ ਨੂੰ ਕਿਤੇ ਤੇ ਜਵਾਬ ਮੈਨੂੰ ਕਹਿੰਦਾ ਤੈਨੂੰ ਵੀ ਟੰਗ ਦੂੰਗਾ ਉਸ ਤੋਂ ਬਾਅਦ ਇਹਨੇ 6 ਤਰੀਕ ਨੂੰ ਜੀ ਆਪਦੇ ਹੋਰ ਬੰਦਿਆਂ ਦੇ ਨਾਲ ਬੱਚੇ ਨੂੰ ਇਹਨੂੰ ਲੈ ਗਏ ਘਰੋਂ 20 ਸਾਲ ਦਾ ਬੱਚਾ ਇਹਦਾ ਡਿਪਲੋਮਾ ਕਰਦਾ ਓਟੀ ਦਾ ਵਿਚਾਰਾ ਬੈੱਡ ਤੇ ਸੀ ਕਰੋਨਾ ਹੋਇਆ ਵੈਸੇ ਤੋਂ ਘਰੋਂ ਲੈ ਗਏ ਬਿਰਕ ਸਾਹਿਬ ਇਹਨਾਂ ਦੀਆਂ ਲੋਕੇਸ਼ਨਾਂ ਕਢਾਓ ਇਹਨਾਂ ਦੀਆਂ ਲੋਕੇਸ਼ਨਾਂ ਕਢਾਓ ਬਿਰਕ ਸਾਹਿਬ 6 ਤਰੀਕ ਦੀਆਂ 9 ਵਜੇ ਦੀਆਂ ਇੱਥੋਂ ਘਰੋਂ ਲੈ ਗਏ ਗੱਡੀ ਲੈ ਗਏ ਮੋਟਰਸਾਈਕਲ ਲੈ ਗਏ 60,000 ਰੁਪਇਆ ਵਿਚਾਰੀ ਨੇ ਕਰੋਨਾ ਦਾ ਇਲਾਜ ਕਰਾਉਣ ਨੂੰ ਰੱਖਿਆ ਸੀ ਆਪਦੇ ਬੱਚੇ ਦਾ ਜ਼ਮੀਨ ਦਾ ਟਿੱਕਾ ਲੈ ਕੇ ਬਿਰਕ ਸਾਹਿਬ ਉਹ ਲੈ ਗਏ ਇਹ ਉਸ ਤੋਂ ਬਾਅਦ ਇਹਨੂੰ ਕਹਿ ਗਏ ਆ ਜਾ ਹੋਰ ਪੈਸੇ ਲਿਆ ਇਹਨੇ ਇੱਕ ਬੰਦਾ ਹਰਜੀਤ ਸਿੰਘ ਪੁੱਛੋ ਮੰਡੀ ਬਣਾਸ ਦਾ ਕੰਮ ਕਰਦਾ ਉਹ ਵਿਚਾਰੀ 1,00,000 ਰੁਪਇਆ ਫੜ ਕੇ ਲੈ ਕੇ ਗਈ 1,00,000 ਰੁਪਇਆ ਤੋਂ ਬਿਰਕ ਸਾਹਿਬ ਹੋਰ ਲੈ ਲਿਆ ਜਾ ਕੇ ਫਿਰ ਇਹਨੂੰ ਬਿਠਾ ਕੇ ਲਾਲ ਸਿੰਘ ਬਸਤੀ ਵੱਲ ਲੈ ਗਿਆ ਇਹਨੂੰ ਕਹਿੰਦਾ ਹੁਣ ਵੀ ਮੇਰੇ ਲੋਟ ਆਏਗੀ ਨਾ ਕਹਿੰਦਾ ਹੁਣ ਵੀ ਮੇਰੇ ਲੋਟ ਆਏਗੀ ਗੱਡੀ ਚ ਇਹਨੇ ਹਰਕਤਾਂ ਕੀਤੀਆਂ ਤੇ ਇਹ ਕਹਿੰਦੀ ਵੀ ਮੇਰਾ ਬੱਚਾ ਤਾਂ ਛੱਡ ਦਿਓ ਕਹਿੰਦੇ ਕੇਸ ਪਾ ਤਾ ਕਹਿੰਦੇ ਫਿਰ ਤੂੰ ਕਿਦੋਂ ਲੋਟ ਆਵੇਂਗੀ ਤੇ ਕੇਸ ਪਾ ਤਾ ਉਹਦੇ ਤੇ ਬਿਰਕ ਸਾਹਿਬ ਤੇ ਇਸ ਤੋਂ ਬਾਅਦ ਇਹ ਫੋਨ ਕਰਨ ਲੱਗ ਗਿਆ ਕਹਿੰਦਾ ਮੈਂ ਹੀ ਬਚਾ ਸਕਦਾ ਤੇਰੇ ਬੱਚੇ ਨੂੰ ਕਹਿੰਦਾ ਮੇਰੇ ਨਾਲ ਪਿਆਰ ਕਰ 100 ਤੋਂ ਵੱਧ ਰਿਕਾਰਡਿੰਗ ਹੈ ਬਿਰਕ ਸਾਹਿਬ ਇਹਦੀ 100 ਤੋਂ ਵੱਧ ਵਟਸਐਪ ਚੈਟ ਸਭ ਕੁਝ ਸਾਡੇ ਕੋਲ ਮੌਜੂਦ ਹੈ ਬਿਰਕ ਸਾਹਿਬ ਇਹ ਬੰਦਾ ਉਸ ਤੋਂ ਬਾਅਦ ਇਹਨੂੰ ਕਹਿੰਦਾ ਮੈਨੂੰ ਮੈਂ ਇਹਨੇ ਵਿਚਾਰੀ ਨੇ ਕਹਿੰਦੀ ਚੱਲ ਮੈਂ ਪਿੰਡ ਜਾਣਾ ਮੈਨੂੰ ਪੁੱਛੋ ਤੱਕ ਛੱਡਿਆ ਜੇ ਤੂੰ ਗੱਲਬਾਤ ਕਰਨੀ ਹੈ ਕਰ ਲਈ ਇਹਨੂੰ ਤਾਂ ਅਸੀਂ ਵੀ ਕੋਈ ਕਰਨੀ ਹੋਣੀ ਆ ਫਿਰ ਇਹਨੂੰ ਬਿਠਾਇਆ ਬਿਰਕ ਸਾਹਿਬ ਕਰ ਲੈ ਨੇ 11:45 ਤੇ ਕੱਲ 10 ਤਰੀਕ ਨੂੰ ਬੀਬੀ ਵਾਲੇ ਚੌਂਕ ਚੋਂ ਉਸ ਤੋਂ ਬਾਅਦ ਬਿਰਕ ਸਾਹਿਬ ਇਹ ਆਦੇਸ਼ ਹਸਪਤਾਲ ਦੇ ਕੋਲੇ ਆ ਕੇ ਇਸ ਬੰਦੇ ਨੇ ਪਾਸੇ ਸਰਵਿਸ ਰੋਡ ਤੇ ਗੱਡੀ ਲਾਈ ਗੱਡੀ ਲਾ ਕੇ ਇਹਦੇ ਨਾਲ ਬਲਾਤਕਾਰ ਕੀਤਾ ਵਿਚਾਰੀ ਨਾਲ ਇਹ ਜਦੋਂ ਇਹਨੂੰ ਪੁੱਛੋ ਮੰਡੀ ਤਾਰਿਆ ਇਹ ਉੱਥੇ ਡਾਕਟਰ ਹਰੀਸ਼ ਚੰਦਰ ਆਇਆ ਉਹਦੇ ਹਸਪਤਾਲ ਜਾ ਕੇ ਡਿੱਗ ਪਈ ਉਹ ਡਾਕਟਰ ਹਰੀਸ਼ ਚੰਦਰ ਦਾ ਭਤੀਜਾ ਬੰਟੀ ਉਹਦਾ ਮੈਡੀਕਲ ਸਟੋਰ ਹੈ ਉਹਨੇ ਇਹਨੂੰ ਪਾਣੀ ਪੂਣੀ ਪਾਇਆ ਤੇ ਗੋਲੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ ਅਸੀਂ ਵੀ ਉੱਥੇ ਮੰਡੀ ਜੀ ਸੀ ਅਸੀਂ ਆਏ ਅਸੀਂ ਇੱਥੇ ਵੀ ਚਲੋ ਕੋਈ ਨਹੀਂ ਕਰਾਂਗੇ ਗੱਲ ਇਹਨਾਂ ਇੱਥੇ ਸੁਣਦਾ ਤਾਂ ਕੋਈ ਹੈ ਨਹੀਂ ਨੇਰ ਕਰਦੀ ਪਈ ਹੋਈ ਹੈ ਉਸ ਤੋਂ ਬਾਅਦ ਬਿਰਕ ਸਾਹਿਬ ਇਹ ਫਿਰ ਇਹਨੂੰ ਕਹਿਣ ਲੱਗਿਆ ਕਹਿੰਦਾ ਮੇਰਾ ਨਹੀਂ ਸਰਦਾ ਕਹਿੰਦਾ ਤੇਰੇ ਬਿਨਾ ਤੇ ਅੱਜ ਮੈਂ ਆਊਂਗਾ ਹੀ ਆਊਂਗਾ ਇਹ ਵਿਚਾਰੀ ਮਜਬੂਰ ਸੀ ਇਹਨੇ ਸਾਨੂੰ ਅੱਜ ਮੈਨੂੰ ਫੋਨ ਕੀਤਾ ਮੇਰੇ ਕੋਲ ਰਿਕਾਰਡਿੰਗ ਹੈ ਜਦੋਂ ਇਹਨੇ ਫੋਨ ਕੀਤਾ ਮੈਂ ਕਿਹਾ ਸਾਨੂੰ ਵੀ ਸਖ ਸਾਡੇ ਤੇ ਪਰਚਾ ਦੇ ਪੁਲਿਸ ਜੋ ਮਰਜ਼ੀ ਕਰਨਾ ਕਰਦੇ ਅਸੀਂ ਤੇਰੀ ਮਦਦ ਕਰਾਂਗੇ ਤੇ ਆਇਆ ਵਿਚਾਰੀ ਨਾਲ ਬਲਾਤਕਾਰ ਕਰ ਰਿਹਾ ਸੀ ਮੈਂ ਉਸ ਤੋਂ ਬਾਅਦ ਆ ਕੇ ਵੀਡੀਓ ਬਣਾਈ ਤੇ ਇਹ ਸਾਰਾ ਕੁਝ ਦੱਸਿਆ ਇਹਨੇ ਤੇ ਅਸੀਂ ਇਹ ਦੇਖ ਲਓ ਇਹਨੇ ਕੋਈ ਕਿਸੇ ਨੇ ਕੁਛ ਮਾਰਿਆ ਨਹੀਂ ਕੁਛ ਕਰਿਆ ਨਹੀਂ ਅਸੀਂ ਇਹਨੂੰ ਪੁਲਿਸ ਦੇ ਹਵਾਲੇ ਦੇਵਾਂਗੇ ਇਹ ਵਿਚਾਰੀ ਦਾ ਉਹ ਹਾਲ ਕਰਿਆ ਹੋਇਆ ਦੰਦੀਆਂ ਫੜ ਫੜੇ ਨੇ ਸੋ ਇਹ ਵਿਚਾਰੀ ਦਿਖਾ ਨਹੀਂ ਸਕਦੀ ਤੇ ਬਿਰਕ ਸਾਹਿਬ ਮਿਹਰਬਾਨੀ ਕਰੋ ਇਹ ਗੁੰਡੇ ਲੋਕਾਂ ਦੀਆਂ ਇੱਜ਼ਤਾਂ ਨੂੰ ਪੈਂਦੇ ਆ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਜੇ ਕਰੇ ਇਸ ਕੇਸ ਦੀ ਜਾਂਚ FIR ਨੰਬਰ 40 ਥਾਣਾ ਕੈਂਟ ਦੀ ਜਾਂਚ ਸੈੱਟ ਬਣਾ ਕੇ ਹੋਣੀ ਚਾਹੀਦੀ ਬਿਰਕ ਸਾਹਿਬ ਨਹੀਂ ਅਸੀਂ ਆਤਮਦਾਹ ਕਰ ਦਾਂਗੇ ਤੇਰੇ ਦਫ਼ਤਰ ਦੇ ਮੂਹਰੇ ਆਤਮਦਾਹ ਕਰ ਦਾਂਗੇ ਚਲੋ ਸਰਦਾਰ ਭੁਪਿੰਦਰ ਸਿੰਘ ਜੀ ਬਿਰਕ SSP ਬਠਿੰਡਾ ਜੀ ਸਤਿ ਸ੍ਰੀ ਅਕਾਲ ਜੀ ਆ ਤੁਹਾਡਾ CI ਸਟਾਫ ਦਾ ਗੁੰਡਾ ਗੁਰਵਿੰਦਰ ਸਿੰਘ CI ਵਨ ਚ ਲੱਗਿਆ ਹੋਇਆ ਇਹ ਜਨਾਬ ਪਿਛਲੇ 3 ਮਹੀਨਿਆਂ ਤੋਂ ਇਹ ਵਿਧਵਾ ਔਰਤ ਹੈ ਇਹਨੂੰ ਫਾਲੋ ਕਰ ਰਿਹਾ ਸੀ ਇਹਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ ਇਹ ਵਿਚਾਰੀ ਨੇ ਸਾਨੂੰ ਦੱਸਿਆ ਸਾਡੀ ਇਹ ਰਿਸ਼ਤੇਦਾਰ ਵੀ ਹੈ ਅਸੀਂ ਇਸ ਇਲਾਕੇ ਦੇ ਮੋਹਤਵਰ ਹੁੰਦੇ ਵੀ ਹਾਂ ਇਹਨੇ ਸਾਨੂੰ ਦੱਸਿਆ ਮੈਂ ਇਹਨੂੰ ਕਿਹਾ ਮਹੀਨਾ 20 ਦਿਨ ਪਹਿਲਾਂ ਤੇ ਮੈਨੂੰ ਕਹਿੰਦਾ ਤੂੰ ਟੰਗ ਨੂੰ ਕਿਤੇ ਤੇ ਜਵਾਬ ਮੈਨੂੰ ਕਹਿੰਦਾ ਤੈਨੂੰ ਵੀ ਟੰਗ ਦੂੰਗਾ ਉਸ ਤੋਂ ਬਾਅਦ ਇਹਨੇ 6 ਤਰੀਕ ਨੂੰ ਜੀ ਆਪਦੇ ਹੋਰ ਬੰਦਿਆਂ ਦੇ ਨਾਲ ਬੱਚੇ ਨੂੰ ਇਹਨੂੰ ਲੈ ਗਏ ਘਰੋਂ 20 ਸਾਲ ਦਾ ਬੱਚਾ ਇਹਦਾ ਡਿਪਲੋਮਾ ਕਰਦਾ ਓਟੀ ਦਾ ਵਿਚਾਰਾ ਬੈੱਡ ਤੇ ਸੀ ਕਰੋਨਾ ਹੋਇਆ ਵੈਸੇ ਤੋਂ ਘਰੋਂ ਲੈ ਗਏ ਬਿਰਕ ਸਾਹਿਬ ਇਹਨਾਂ ਦੀਆਂ ਲੋਕੇਸ਼ਨਾਂ ਕਢਾਓ ਬਿਰਕ ਸਾਹਿਬ 6 ਤਰੀਕ ਦੀਆਂ 9 ਵਜੇ ਦੀਆਂ ਇੱਥੋਂ ਘਰੋਂ ਲੈ ਗਏ ਗੱਡੀ ਲੈ ਗਏ ਮੋਟਰਸਾਈਕਲ ਲੈ ਗਏ 60,000 ਰੁਪਇਆ ਵਿਚਾਰੀ ਨੇ ਕਰੋਨਾ ਦਾ ਇਲਾਜ ਕਰਾਉਣ ਨੂੰ ਰੱਖਿਆ ਸੀ ਆਪਦੇ ਬੱਚੇ ਦਾ ਜ਼ਮੀਨ ਦਾ ਟਿੱਕਾ ਲੈ ਕੇ ਬਿਰਕ ਸਾਹਿਬ ਉਹ ਲੈ ਗਏ ਇਹ
उस तो बाद इन कह गए आ जा होर पैसे लिया इन्हें एक बंदा हरजीत सिंह पुचो मंडी फाइनांस का कम करता तो बेचारी लख रुपया फटके लेके गई लख रुपया तो दरक साहब होर ले लिया जाके फिर इन बिठा के लाल सिंह बस्ती वाल लै गया इन कहना हूं भी मेरे लौट आएगी ना कहना हूं भी मेरे लौट आएगी गड्डी चे हरकत कीतिया ते ये कहंदी मेरा बच्चा तो छड़ दो कहंदे केस पाता कहंदे फिर तू कितों लौट आएगी ते केस पाता उहदे बिरक साहब ते केस पाउण तों बाद इह फोन कर लग गया कहंदा मैं ही बचा सकदा तेरे बच्चे नूं कहंदा मेरे नाल प्यार कर 100 तों वध रिकॉर्डिंग है बिरक साहब इहदी 100 तों वध व्हाट्सएप चैट सब कुछ साडे कोल मौजूद है बिरक साहब इह बंदा उस तों बाद इहनूं कहंदा मैनूं मैड़ा इन्हें बेचारी ने कहनी मैं पिंड जाना मैं कुछ तक छड़ जे तू गलबात करनी है कर ली इन भी कोई करनी होनी है फिर इन बिठाया बिरक साहब कल इन्हें 11:45 से कल 10 तरीक बीबी आले चौंक चो उस तो बाद बिरक साहब आदेश हस्पताल के कोले आके इस बंदे ने पासे सर्विस रोड से गड्डी लाई गड्डी ला के ए बलात्कार किया बेचारी यह जो इन पुछो मंडी उतारा एक उ डॉक्टर हरीश चंद्र है हस्पताल जाके डिग पी और डॉक्टर हरीश चंद्र का भतीजा बंटी ओ मेडिकल स्टोर है उन्हें इन पानी पुनी पाया गोलियां दिखा उस तो बाद इन्हें सानू फोन किया असं भी उत्थे मंडी जी सी असं आए असं क्या भी चलो कोई नहीं करा गल पहले इतने सुनता तो कोई है नहीं नेर करती पई हुई है उस तो बाद बिरक साहब ये फिर इन कह लग्या कहना मेरा नहीं सरदा कहना तेरे बिना ते अज मैं आऊंगा ही आऊंगा ये बेचारी मजबूर सी इन्हें सानू अज मैनू फोन किया मेरे को रिकॉर्डिंग जो इन्हें फोन किया मैं सानू भी सख साडे ते परचा दे दे पुलिस जो मर्जी करना कर दे असीं तेरी मदद करांगे ये आया बेचारी नाल बलात्कार कर रहा सी मैं उत्तों आ के वीडियो बनाई ते ये सारा कुछ दस्सिया ने ते असीं इहदे देख लो इहदे कोई किसी ने कुछ मारिया नहीं कुछ करिया नहीं असीं इहनूं पुलिस दे हवाले देवांगे ये बेचारी का वह हाल कराया हुआ दंदियां पड़ पड़े ने तो ये बेचारी दिखा नहीं सकती ते बिरक साहब मेहरबानी करो ये गुंडे लोगों की इज्जत चली जिंदगी खराब करती जे करे इस केस की जांच FIR नंबर 40 थाना कैंट की जांच सेट बना के होनी चाहिए बिरक साहब नहीं असि आत्मदाह कर देंगे तेरे दफ्तर के मूहरे आत्मदाह कर देंगे जनाब पिछले 3 महीने तो यह विधवा औरत फॉलो कर रहा है इन कह रहे थे मेरे ना शरीर संबंध बना यह बेचारी ने सानू दसा सा रिश्तेदार भी है असि इस इलाके मोहतवर बंदे भी है इन्हें सानू दसा मैं इन कहा महीना 20 दिन पहला मैनू कहना तू भी टंग तू कि जवाक मैनू कहना तेन भी टंग दूंगा उस तो बाद 6 तरीक जी आपके होर बंद बच्चे लैके करो 20 साल का बच्चा डिप्लोमा करता है ओटी का बेचारा बैड से करोना होया वैसे तो घरों लै गए बिरक साहब इन्हों लोकेशन कढ़ाओ इन्हों लोकेशन कढ़ाओ बिरक साहब 6 तरीक दौ बजे दू घरों लगे गड्डी लै गए मोटरसाइकिल लै गए 60,000 रुपया बेचारी ने कोरोना का इलाज कराने रखा बच्चे का जमीन का टिका लै गए बिरक साहब वह लै गए उस तो बाद इन कह गए आ जा होर पैसे लिया इन्हें एक बंदा हरजीत सिंह पुचो मंडी फाइनांस का कम करता तो बेचारी लख रुपया फटके लैके गई लख रुपया तो बिरक साहब होर लै लिया जाके फिर इन बिठा के लाल सिंह बस्ती वाल लै गया इन कहना हूं भी मेरे लौट आएगी ना कहना हूं भी मेरे लौट आएगी गड्डी च हरकत कीतिया ते ये कहंदी भी मेरा बच्चा तो छड़ दो कहंदे केस पाता कहंदे फिर तू कितों लौट आएगी ते केस पाता उहदे बिरक साहब ते केस पाउण तों बाद इह फोन कर लग गया कहंदा मैं ही बचा सकदा तेरे बच्चे नूं कहंदा मेरे नाल प्यार कर 100 तों वध रिकॉर्डिंग है बिरक साहब इहदी 100 तों वध व्हाट्सएप चैट सब कुछ साडे कोल मौजूद है बिरक साहब यह बंदा उस तो बाद कहना मैनू मैड़ा इन्हें बेचारी ने कहनी मैं पिंड जाना मैनू पुछो तक छड़ जे तू गलबात करनी है कर ली इन ऐसी भी कोई करनी होनी है फिर इन बिठाया बिरक साहब कल इन्हें 11:45 से कल 10 तरीक बीबी आले चौंक चो उस तो बाद बिरक साहब
पासे संभस रोड ते गड्डी लाई, गड्डी ला के इहदे नाल बलात्कार कीता बेचारी नाल। इह जो इहनू पुछण दी तारिया इह कित्थे डाक्टर हरीश चंद्र है, उहदे हस्पताल जा के डिग पई। ओह डाक्टर हरीश चंद्र दा भतीजा बंटी, उहदा मेडिकल स्टोर है, उहने इहनू पानी पूनी पाया ते गोलियां दित्तियां। ते उस तों बाद इहने सानू फोन कीता, असीं वी उत्थे मंडी जी सी, असीं आए, असीं कहा वी चलो कोई नी करांगे गल, पहिलां इत्थे सुणदा तां कोई है नी, ਨੇਰ ਕਰਦੀ ਪਈ ਹੋਈ ਹੈ। ਉਸ ਤੋਂ ਬਾਅਦ ਵਿਰਕ ਸਾਹਿਬ ਇਹ ਫਿਰ ਉਹਨੂੰ ਕਹਿਣ ਲੱਗਿਆ, ਕਹਿੰਦਾ ਮੇਰਾ ਨੀ ਸਰਦਾ, ਕਹਿੰਦਾ ਤੇਰੇ ਬਿਨਾ ਤੇ ਅੱਜ ਮੈਂ ਆਊਂਗਾ ਹੀ ਆਊਂਗਾ। ਇਹ ਵਿਚਾਰੀ ਮਜਬੂਰ ਸੀ, ਇਹਨੇ ਸਾਨੂੰ ਅੱਜ ਮੈਨੂੰ ਫੋਨ ਕੀਤਾ, ਮੇਰੇ ਕੋਲ ਰਿਕਾਰਡ ਨੇ, ਜਦੋਂ ਇਹਨੇ ਫੋਨ ਕੀਤਾ ਮੈਂ ਕਿਹਾ ਸਾਨੂੰ ਵੇਖ ਸਕ, ਸਾਡੇ ਤੇ ਪਰਚਾ ਦੇ ਦੇ ਪੁਲਿਸ, ਜੋ ਮਰਜ਼ੀ ਕਰਨਾ ਕਰਦੇ, ਅਸੀਂ ਤੇਰੀ ਮਦਦ ਕਰਾਂਗੇ। ਇਹ ਆਇਆ ਵਿਚਾਰੀ ਨਾਲ ਬਲਾਤਕਾਰ ਕਰ ਰਿਹਾ ਸੀ, ਮੈਂ ਉਸ ਤੋਂ ਆ ਕੇ ਵੀਡੀਓ ਬਣਾਈ ਤੇ ਇਹ ਸਾਰਾ ਕੁਛ ਦੱਸਿਆ ਇਹਨੇ। ਤੇ ਅਸੀਂ ਦੇਖ ਲਓ, ਇਹਦੇ ਕੋਈ ਕਿਸੇ ਨੇ ਕੁਛ ਮਾਰਿਆ ਨੀ, ਕੁਛ ਕਰਿਆ ਨੀ, ਅਸੀਂ ਇਹਨੂੰ ਪੁਲਿਸ ਦੇ ਹਵਾਲੇ ਦੇਵਾਂਗੇ। ਇਹ ਵਿਚਾਰੀ ਦਾ ਉਹ ਹਾਲ ਕਰਿਆ ਹੋਇਆ, ਦੰਦਿਆਂ ਪੜ ਪੜੇ ਨੇ, ਸੋ ਇਹ ਵਿਚਾਰੀ ਦਿਖਾ ਨੀ ਸਕਦੀ। ਤੇ ਵਿਰਕ ਸਾਹਿਬ ਮਿਹਰਬਾਨੀ ਕਰੋ, ਇਹ ਗੁੰਡੇ ਲੋਕਾਂ ਦੀਆਂ ਇੱਜ਼ਤਾਂ ਨੂੰ ਪੈਂਦੇ ਆ, ਬੱਚੇ ਦੀ ਜ਼ਿੰਦਗੀ ਖਰਾਬ ਕਰਤੀ। ਜੇ ਕਰੇ ਇਸ ਕੇਸ ਦੀ ਜਾਂਚ FIR ਨੰਬਰ 40 ਥਾਣਾ ਕੈਂਟ ਦੀ ਜਾਂਚ ਸੈੱਟ ਬਣਾ ਕੇ ਹੋਣੀ ਚਾਹੀਦੀ ਵਿਰਕ ਸਾਹਿਬ, ਨਹੀਂ ਅਸੀਂ ਆਤਮਦਾਹ ਕਰ ਦਾਂਗੇ ਤੇਰੇ ਦਫ਼ਤਰ ਦੇ ਮੂਹਰੇ ਆਤਮਦਾਹ ਕਰ ਦਾਂਗੇ। ਚਲੋ ਸਰਦਾਰ ਭੁਪਿੰਦਰ ਸਿੰਘ ਜੀ, ਵਿਰਕ SSP ਬਠਿੰਡਾ ਜੀ, ਸਤਿ ਸ੍ਰੀ ਅਕਾਲ ਜੀ। ਆਹ ਤੁਹਾਡਾ CI ਸਟਾਫ ਦਾ ਗੁੰਡਾ ਗੁਰਵਿੰਦਰ ਸਿੰਘ, CI 1 ਚ ਲੱਗਿਆ ਹੋਇਆ। ਇਹ ਜਨਾਬ ਪਿਛਲੇ 3 ਮਹੀਨਿਆਂ ਤੋਂ ਇਹ ਵਿਧਵਾ ਔਰਤ ਹੈ, ਇਹਨੂੰ ਫਾਲੋ ਕਰ ਰਿਹਾ ਸੀ, ਇਹਨੂੰ ਕਹਿ ਰਿਹਾ ਸੀ ਮੇਰੇ ਨਾਲ ਸਰੀਰਕ ਸੰਬੰਧ ਬਣਾ। ਇਹ ਵਿਚਾਰੀ ਨੇ ਸਾਨੂੰ ਦੱਸਿਆ, ਸਾਡੀ ਇਹ ਰਿਸ਼ਤੇਦਾਰ ਵੀ ਹੈ, ਅਸੀਂ ਇਸ ਇਲਾਕੇ ਦੇ ਮੋਹਤਵਰ ਹੁੰਦੇ ਵੀ ਹਾਂ। ਇਹਨੇ ਸਾਨੂੰ ਦੱਸਿਆ, ਮੈਂ ਇਹਨੂੰ ਕਿਹਾ 20 ਦਿਨ ਪਹਿਲਾਂ, ਤੇ ਮੈਨੂੰ ਕਹਿੰਦਾ ਤੂੰ ਟੰਗ ਦੂ ਕਿਤੇ, ਤੇ ਜਵਾਕ ਮੈਨੂੰ ਕਹਿੰਦਾ ਤੈਨੂੰ ਵੀ ਟੰਗ ਦੂੰਗਾ। ਉਸ ਤੋਂ ਬਾਅਦ ਇਹਨੇ 6 ਤਰੀਕ ਨੂੰ ਜੀ ਆਪਦੇ ਹੋਰ ਬੰਦਿਆਂ ਦੇ ਨਾਲ ਬੱਚੇ ਨੂੰ ਇਹਦੇ ਨੂੰ ਲੈ ਗਏ ਘਰੋਂ। 20 ਸਾਲ ਦਾ ਬੱਚਾ ਇਹਦਾ, ਡਿਪਲੋਮਾ ਕਰਦਾ OT ਦਾ, ਵਿਚਾਰਾ ਬੈੱਡ ਤੇ ਸੀ, ਕਰੋਨਾ ਹੋਇਆ ਵੈਸੇ ਤੋਂ ਘਰੋਂ ਲੈ ਗਏ। ਵਿਰਕ ਸਾਹਿਬ ਇਹਨਾਂ ਦੀਆਂ ਲੋਕੇਸ਼ਨਾਂ ਕਢਾਓ, ਵਿਰਕ ਸਾਹਿਬ 6 ਤਰੀਕ ਦੀਆਂ 9 ਵਜੇ ਦੀਆਂ ਇੱਥੋਂ ਘਰੋਂ ਲਗਾਏ ਆ, ਗੱਡੀ ਲੈ ਗਏ, ਮੋਟਰਸਾਈਕਲ ਲੈ ਗਏ, 60,000 ਰੁਪਇਆ ਵਿਚਾਰੀ ਨੇ ਕਰੋਨਾ ਦਾ ਇਲਾਜ ਕਰਾਉਣ ਨੂੰ ਰੱਖਿਆ ਸੀ, ਆਪਦੇ ਬੱਚੇ ਦਾ ਜ਼ਮੀਨ ਦਾ ਟਿੱਕਾ ਲੈ ਕੇ ਵਿਰਕ ਸਾਹਿਬ ਉਹ ਲੈ ਗਏ ਇਹ। ਉਸ ਤੋਂ ਬਾਅਦ ਇਹਨੂੰ ਕਹਿ ਗਏ ਆ ਜਾ ਹੋਰ ਪੈਸੇ ਲਿਆ। ਇਹਨੇ ਇੱਕ ਬੰਦਾ ਹਰਜੀਤ ਸਿੰਘ ਭੁੱਚੋ ਮੰਡੀ ਬਣਾਸ ਦਾ ਕੰਮ ਕਰਦਾ, ਉਦੋਂ ਵਿਚਾਰੀ 1,00,000 ਰੁਪਇਆ ਫੜ ਕੇ ਲੈ ਕੇ ਗਈ, 1,00,000 ਰੁਪਇਆ ਤੋਂ ਵਿਰਕ ਸਾਹਿਬ ਹੋਰ ਲੈ ਲਿਆ। ਜਾ ਕੇ ਫਿਰ ਇਹਨੂੰ ਬਿਠਾ ਕੇ ਲਾਲ ਸਿੰਘ ਬਸਤੀ ਵੱਲ ਲੈ ਗਿਆ। ਇਹਨੂੰ ਕਹਿੰਦਾ ਹੁਣ ਵੀ ਮੇਰੇ ਲੋਟ ਆਏਗੀ ਨਾ, ਕਹਿੰਦਾ ਹੁਣ ਵੀ ਮੇਰੇ ਲੋਟ ਆਏਗੀ, ਗੱਡੀ ਚ ਇਹਨਾਂ ਹਰਕਤਾਂ ਕੀਤੀਆਂ। ਤੇ ਇਹ ਕਹਿੰਦੀ ਵੀ ਮੇਰਾ ਬੱਚਾ ਤਾਂ ਛੱਡ ਦਿਓ, ਕਹਿੰਦੇ ਕੇਸ ਪਾਤਾ, ਕਹਿੰਦੇ ਫਿਰ ਤੂੰ ਕਿਦੋਂ ਲੋਟ ਆਵੇਂਗੀ, ਤੇ ਕੇਸ ਪਾਤਾ ਉਹਦੇ ਤੇ ਵਿਰਕ ਸਾਹਿਬ। ਤੇ ਕੇਸ ਪਾਉਣ ਤੋਂ ਬਾਅਦ ਇਹ ਫੋਨ ਕਰਨ ਲੱਗ ਗਿਆ, ਕਹਿੰਦਾ ਮੈਂ ਹੀ ਬਚਾ ਸਕਦਾ ਤੇਰੇ ਬੱਚੇ ਨੂੰ, ਕਹਿੰਦਾ ਮੇਰੇ ਨਾਲ ਪਿਆਰ ਕਰ। 100 ਤੋਂ ਵੱਧ ਰਿਕਾਰਡ ਹੈਗਾ ਵਿਰਕ ਸਾਹਿਬ ਇਹਦੀ, 100 ਤੋਂ ਵੱਧ ਵਟਸਐਪ ਚੈਟ ਸਭ ਕੁਛ ਸਾਡੇ ਕੋਲ ਮੌਜੂਦ ਹੈ ਵਿਰਕ ਸਾਹਿਬ ਇਹ ਬੰਦਾ। ਉਸ ਤੋਂ ਬਾਅਦ ਇਹਨੂੰ ਕਹਿੰਦਾ ਮੈਨੂੰ ਮੈਂ ਇਹਨੇ ਵਿਚਾਰੀ ਨੇ ਕਹਿੰਦੀ ਮੈਂ ਪਿੰਡ ਜਾਣਾ, ਮੈਨੂੰ ਕੁਛ ਤੱਕ ਛੱਡਿਆ ਜੀ, ਤੂੰ ਗੱਲਬਾਤ ਕਰਨੀ ਹੈ ਕਰ ਲਈ, ਇਹਨੂੰ ਤਾਂ ਅਸੀਂ ਵੀ ਕੋਈ ਕਰਨੀ ਹੋਣੀ ਆ। ਫਿਰ ਇਹਨੂੰ ਬਿਠਾਇਆ ਵਿਰਕ ਸਾਹਿਬ ਕੱਲ ਇਹਨੇ 11:45 ਤੇ ਕੱਲ 10 ਤਰੀਕ ਨੂੰ ਬੀਬੀ ਵਾਲੇ ਚੌਂਕ ਚੋਂ। ਉਸ ਤੋਂ ਬਾਅਦ ਵਿਰਕ ਸਾਹਿਬ ਇਹ ਆਦੇਸ਼ ਹਸਪਤਾਲ ਦੇ ਕੋਲੇ ਆ ਕੇ ਇਸ ਬੰਦੇ ਨੇ ਪਾਸੇ ਸੰਭਸ ਰੋਡ ਤੇ ਗੱਡੀ ਲਾਈ, ਗੱਡੀ ਲਾ ਕੇ ਇਹਦੇ ਨਾਲ ਬਲਾਤਕਾਰ ਕੀਤਾ ਵਿਚਾਰੀ ਨਾਲ। ਇਹ ਜਦੋਂ ਇਹਨੂੰ ਪੁੱਛੋ ਮੰਡੀ ਤਾਰਿਆ, ਇਹ ਕਿੱਥੇ ਡਾਕਟਰ ਹਰੀਸ਼ ਚੰਦਰ ਹੈ, ਉਹਦੇ ਹਸਪਤਾਲ ਜਾ ਕੇ ਡਿੱਗ ਪਈ। ਉਹ ਡਾਕਟਰ ਹਰੀਸ਼ ਚੰਦਰ ਦਾ ਭਤੀਜਾ ਬੰਟੀ, ਉਹਦਾ ਮੈਡੀਕਲ ਸਟੋਰ ਹੈ, ਉਹਨੇ ਇਹਨੂੰ ਪਾਣੀ ਪੂਣੀ ਪਾਇਆ ਤੇ ਗੋਲੀਆਂ ਦਿੱਤੀਆਂ। ਤੇ ਉਸ ਤੋਂ ਬਾਅਦ ਇਹਨੇ ਸਾਨੂੰ ਫੋਨ ਕੀਤਾ, ਅਸੀਂ ਵੀ ਉੱਥੇ ਮੰਡੀ ਜੀ ਸੀ, ਅਸੀਂ ਆਏ, ਅਸੀਂ ਕਿਹਾ ਵੀ ਚਲੋ ਕੋਈ ਨੀ ਕਰਾਂਗੇ ਗੱਲ, ਪਹਿਲਾਂ ਇੱਥੇ ਸੁਣਦਾ ਤਾਂ ਕੋਈ ਹੈ ਨੀ, ਨੇਰ ਕਰਦੀ ਪਈ ਹੋਈ ਹੈ। ਉਸ ਤੋਂ ਬਾਅਦ ਵਿਰਕ ਸਾਹਿਬ ਇਹ ਫਿਰ ਉਹਨੂੰ ਕਹਿਣ ਲੱਗਿਆ, ਕਹਿੰਦਾ ਮੇਰਾ ਨੀ ਸਰਦਾ, ਕਹਿੰਦਾ ਤੇਰੇ ਬਿਨਾ ਤੇ ਅੱਜ ਮੈਂ ਆਊਂਗਾ ਹੀ ਆਊਂਗਾ। ਇਹ ਵਿਚਾਰੀ ਮਜਬੂਰ ਸੀ, ਇਹਨੇ ਸਾਨੂੰ ਅੱਜ ਮੈਨੂੰ ਫੋਨ ਕੀਤਾ, ਮੇਰੇ ਕੋਲ ਰਿਕਾਰਡ ਨੇ, ਜਦੋਂ ਇਹਨੇ ਫੋਨ ਕੀਤਾ ਮੈਂ ਕਿਹਾ ਸਾਨੂੰ ਵੇਖ ਸਕ, ਸਾਡੇ ਤੇ ਪਰਚਾ ਦੇ ਦੇ ਪੁਲਿਸ, ਜੋ ਮਰਜ਼ੀ ਕਰਨਾ ਕਰਦੇ, ਅਸੀਂ ਤੇਰੀ ਮਦਦ ਕਰਾਂਗੇ। ਇਹ ਆਇਆ ਵਿਚਾਰੀ ਨਾਲ ਬਲਾਤਕਾਰ ਕਰ ਰਿਹਾ ਸੀ, ਮੈਂ ਉਸ ਤੋਂ ਆ ਕੇ ਵੀਡੀਓ ਬਣਾਈ ਤੇ ਇਹ ਸਾਰਾ ਕੁਛ ਦੱਸਿਆ ਇਹਨੇ।
ਤੇ ਅਸੀਂ ਇਹ ਦੇਖ ਲਓ ਇਹਦੇ ਕੋਈ ਕਿਸੇ ਨੇ ਕੁਛ ਮਾਰਿਆ ਨਹੀਂ ਕੁਛ ਕਰਿਆ ਨਹੀਂ ਅਸੀਂ ਇਹਨੂੰ ਪੁਲਿਸ ਦੇ ਹਵਾਲੇ ਦੇਵਾਂਗੇ ਇਹ ਵਿਚਾਰੀ ਦਾ ਉਹ ਹਾਲ ਕਰਿਆ ਹੋਇਆ ਦੰਦਿਆਂ ਪੜ ਪੜੇ ਨੇ ਸੋ ਇਹ ਵਿਚਾਰੀ ਦਿਖਾ ਨਹੀਂ ਸਕਦੀ ਤੇ ਵਿਰਕ ਸਾਹਿਬ ਮਿਹਰਬਾਨੀ ਕਰੋ ਮਿਹਰਬਾਨੀ ਕਰੋ ਇਹ ਗੁੰਡੇ ਲੋਕਾਂ ਦੀਆਂ ਇੱਜ਼ਤਾਂ ਨੂੰ ਪੈਂਦੇ ਆ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ ਜੇ ਕਰੇ ਇਸ ਕੇਸ ਦੀ ਜਾਂਚ ਐਫ ਆਈ ਆਰ ਨੰਬਰ 40 ਥਾਣਾ ਕੈਂਟ ਦੀ ਜਾਂਚ ਸੈੱਟ ਬਣਾ ਕੇ ਹੋਣੀ ਚਾਹੀਦੀ ਹੈ ਵਿਰਕ ਸਾਹਿਬ ਨਹੀਂ ਅਸੀਂ ਆਤਮ ਦਾਹ ਕਰ ਦਿਆਂਗੇ ਤੇਰੇ ਦਫ਼ਤਰ ਦੇ ਮੂਹਰੇ ਆਤਮ ਦਾਹ ਕਰ ਦਿਆਂਗੇ।